बिस्मिल्लाहिर्रहमानिर्रहीम। मसरन लगता हूँ, कैसे हो? आसा उम्मीद करती हूँ आप सब खैर खरीय से होंगे, खुश रहो, आबाद रहो। और मेरे चैनल में ज़्यादा से ज़्यादा लाइक करो, शेयर सब्सक्राइब करो। अच्छा, मैं बनाने लगी बड़े बेसन के बड़े बना लगी हूँ, पानी भी खाने ज़्यादा कर ठंडा होता हो गया। लैट गई ਮੈਂ ਬਣਾਉਣ ਲੱਗੀ ਬੇਸਣ ਦੇ ਬੜੇ, ਉਹਨਾਂ ਵਾਸਤੇ ਚੀਜ਼ਾਂ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ। ਚਮਚ ਵੀ ਪਾ ਲਈ, ਸਰਦਾਰੀ ਤੋਂ ਉੱਪਰ ਬੇਸਣ ਦੇ ਮਿਲੀ ਦੇ ਬੜੇ ਬਣਾਉਣ ਲੱਗੇ ਹਾਂ। ਮਿਰਚਾਂ ਨੇ ਹਲਦੀ ਹੈ, ਥੋੜ੍ਹਾ ਜਿਹਾ ਨਮਕ ਹੈ, ਮਿੱਠਾ ਸੋਡਾ ਹੈ, ਗਰਮ ਮਸਾਲਾ, ਜ਼ੀਰਾ ਹੈ, ਥੋੜ੍ਹੀ ਜਿਹੀ ਕਾਲੀ ਮਿਰਚ, ਅੱਛੀ ਚੀਜ਼ਾਂ, ਥੋੜ੍ਹਾ ਜਿਹਾ ਬੇਸਣ ਲਿਆ ਵਿੱਚ ਪਾ ਦਿੰਦੇ, ਪਾਣੀ ਲਿਆ ਥੋੜ੍ਹਾ ਜਿਹਾ ਕਰ ਲਿਆ, ਉਸੇ ਪਾਣੀ ਨਾਲ ਮਿੱਠਾ ਸੋਡਾ ਜਿਹੜਾ ਥੋੜ੍ਹਾ ਪਾਉਣਾ ਜੀ, ਬਣਾਉਣਾ ਇਹਨਾਂ ਬਹੁਤ ਛੋਟਾ ਜਿਹਾ ਸਰਹੱਦ, ਜਿਵੇਂ ਆਟਾ ਨਹੀਂ ਬਣਾਉਣਾ, ਨਾ ਇੰਨਾ ਸਖਤ ਹੋਵੇ ਨਾ ਇੰਨਾ ਰਹਾ। ਦਸ ਮਿੰਟ ਵਾਸਤੇ ਰੈਸਟ ਦਿੰਦੇ ਬਣਾ ਲੱਗੇ, ਥੋੜ੍ਹਾ ਜਿਹਾ ਲਾ ਲਿਆ ਗਈ ਚੱਕਲੇ ਆਪਣੇ, ਥੋੜ੍ਹਾ ਜਿਹਾ ਰਸ ਇਹਨੂੰ ਵੀ ਲਾਇਆ, ਦੇਖੋ ਗੋਲ ਗੋਲ ਬਣਾ ਤਰ੍ਹਾਂ ਨਾ ਬਰੀਕ ਬਰੀਕ ਬਿਲਕੁਲ ਬਣਾਉਂਦੀ ਟੁੱਟ ਗਈ। ਉਹਦੇ ਟੁੱਟੀ ਜਾ ਰਹੇ ਨੇ, ਬਰੀਕ ਬਰੀਕ ਬਣਾਉਣੇ, ਬਹੁਤੇ ਨਹੀਂ ਮੋਟੇ ਬਣਾਉਣੇ, ਇਹਦਾ ਫੁੱਲ ਜਾਣਾ, ਇਸ ਵਜ੍ਹਾ ਤੋਂ ਇਹਦੇ ਵਿੱਚ ਪਾਇਆ ਮਿੱਠਾ ਸੋਡਾ,
ਪਹਿਲੇ ਤਿਆਰ ਹੁਣ ਇਹਨਾਂ ਨੂੰ ਕਟਾਈ ਕਰਨ ਲੱਗੀ ਹਾਂ। ਇਹਨਾਂ ਨੇ ਬਸ ਪਾਸ ਲੇਟ ਕੱਟ ਕੇ ਸੋਚ ਥੱਲੇ ਕਿ ਡਿੱਗਾ ਉਹ ਤੁਹਾਡੀ ਹੂਰੀ ਜਿੱਤ ਰਹਿਣ ਨਹੀਂ ਸੀ, ਉਹ ਤੇ ਹੂਰ ਤੇ ਤੁਹਾਡਾ ਰਹਿਣ ਨਹੀਂ ਸੀ। ਨਹੀਂ ਨਹੀਂ ਉਹ ਤੇ ਆਂਦੀ ਸੀ ਬਾਜੂ ਗਈ ਕਿੱਥੇ ਆ, ਲੱਭਣ ਆਈ ਆ। ਬੜੇ ਵੜ ਗਿਆ ਉਹ ਤੇ ਮੁੰਡਾ ਆਂਦਾ ਪੁੱਪਾ ਪ੍ਰੋਗਰਾਮ ਤੇ ਫਿਰ ਵੜ ਗਿਆ। ਮੈਂ ਕਿਹਾ ਨਹੀਂ ਵੜਿਆ ਨਹੀਂ। ਕਿਸ ਤਰ੍ਹਾਂ ਬਣਾਉਣੀ ਪਕਾਉਣੇ ਛੋਟੇ ਤੋਂ ਵੱਡੇ ਬਾਅਦ ਚ ਪੱਕੇ ਹੋ ਜਾਣਗੇ ਛੋਟੇ ਵੱਡੇ। ਪਾਣੀ ਰੱਖਿਆ ਥੋੜ੍ਹਾ ਜਿਹਾ, ਨਮਕ ਵਿੱਚ ਪਾਉਣ ਲੱਗੀ ਹਾਂ। ਇਸ ਤਰ੍ਹਾਂ ਪਾ ਲਾਂਗੇ ਨਮਕ ਮਿਕਸ, ਫਿਰ ਇਹਨੂੰ ਉਬਾਲ ਲਾਂਗੇ, ਫਿਰ ਪਕਾਵਾਂਗੇ। ਪੱਟ ਕੇ ਬਣਾ ਕੇ ਪਾਣੀ ਜਦੋਂ ਉਬਲਦਾ ਉਬਾਲਾ ਪਾਉਂਦਾ, ਵਿੱਚ ਨਮਕ ਪਾਇਆ ਕੀਤਾ, ਠੀਕ ਹੈ। ਪਾਣੀ ਦੇ ਉੱਪਰ ਆ ਗਿਆ, ਬਿਲਕੁਲ ਪਾਣੀ ਹੋ ਗਿਆ ਜਾ। ਬਿਲਕੁਲ ਪਾਣੀ ਗਰਮ ਹੋ ਜਾਏ, ਬਿਲਕੁਲ ਚੁੱਲ੍ਹੇ ਨੂੰ ਗੈਸ ਦੇ ਵੀ ਬਿਲਕੁਲ ਹਲਕੀ ਕਰ ਦੇ, ਅੱਛੀ ਤਰ੍ਹਾਂ ਪੱਕ ਜਾ। ਸਿਰਫ 5 ਮਿੰਟ ਵਾਸਤੇ ਪਕਾਉਣਾ ਹੈ, ਜ਼ਿਆਦਾ ਨਹੀਂ ਪਕਾਉਣਾ।
ਕੀ ਨਾ ਮੈਂ ਨਾ ਦੱਸ ਕੇ ਤਾਂ ਨਹੀਂ ਹਾਂਜੀ ਮੰਮ ਗਿਆ ਹੁਣ ਮੈਂ ਮਸਾਲਾ ਤਿਆਰ ਕਰ ਲਾਂ ਮੈਂ ਰੱਖਿਆ ਤਾਂ ਕੀ ਇਹ ਹੋ ਗਿਆ ਬਾਕੀ ਤੇਰਾ ਹੁਣ ਮੈਂ ਪਾਣੀ ਲੱਗ ਵਿੱਚ ਪਿਆ ਵਧੀਆ ਸਾਈ ਦੇ ਪਿਆਜ ਲੈ ਨਾਲ ਖਾ ਲੈਣਾ ਜੀਰਾ ਪਿਆਜ਼ ਦੇ ਨਾਲ ਤੇਰਾ ਫਰਾਈ ਹੋ ਜਾਏਗਾ ਉਹ ਬਹੁਤ ਅੱਛੀ ਹੁੰਦੀ ਹੈ ਪਿਆਜ਼ ਨੂੰ ਥੋੜ੍ਹਾ ਜਿਹਾ ਗਰੋਲ ਕਰ ਅਤੇ ਲਸਣ ਦਾ ਨਾ ਮੈਂ ਪਾਊਡਰ ਦਾ ਪਾ ਦੂੰ ਹਲਕਾ ਜਿਹਾ ਪਾਣੀ ਪਾਇਆ ਮਰਚਾਂ ਹਲਦੀ ਥੋੜ੍ਹਾ ਜਿਹਾ ਪਾਇਆ ਅਤੇ ਨਮਕ ਘੱਟ ਪਾਉਣਾ ਕਾਲੀ ਮਿਰਚ ਗਰਮ ਮਸਾਲਾ ਨਮਕ ਇਸ ਵਿੱਚ ਘੱਟ ਪਾਇਆ ਕਿ ਜਦੋਂ ਇੱਥੇ ਵਾਲੇ ਹੋ ਗਏ ਨਮਕ ਪਾਇਆ ਫਿਰ ਇਸ ਪਿਆ ਥੋੜ੍ਹਾ ਜਿਹਾ ਹਲਕਾ ਜਿਹਾ ਗਰਮ ਮਸਾਲਾ Thank you.
ਦਹੀਂ ਵਾਲੀ ਛੰਨੀ 'ਚ ਪਾਣੀ ਪਾ ਕੇ ਨਾ ਥੋੜ੍ਹਾ ਹਲਕਾ ਬੜੇ ਸਾਡੇ ਬਣ ਗਏ ਨੇ, ਪੱਕ ਗਏ ਨੇ, ਸ਼ੋਰਵਾ ਬਸ ਇੰਨਾ ਕੁ ਰੱਖਣਾ ਜ਼ਿਆਦਾ ਨਹੀਂ ਪਤਲਾ ਵੀ ਨਹੀਂ ਸਹੀ ਲੱਗਦਾ, ਮੈਨੂੰ ਤਾਂ ਬੁਰਾ ਲੱਗਦਾ ਜ਼ਿਆਦਾ ਸ਼ੋਰਵਾ ਵੀ, ਤੋ ਹੁਣ ਮੈਂ ਚੁੱਲ੍ਹੇ ਤੋਂ ਚੁੱਲ੍ਹਾ ਬੰਦ ਕਰ ਦਿਆ, ਧਨੀਆ ਥੋੜ੍ਹਾ ਜਿਹਾ ਪਾ ਲਿਆ, ਮਸਾਲਾ ਬਣ ਕੇ ਹੋ ਗਿਆ ਤਿਆਰ, ਬਹੁਤ ਜ਼ਬਰਦਸਤ ਮਜ਼ੇਦਾਰ ਬਣਿਆ ਅੱਜ ਦੀ ਵੀਡੀਓ, ਮੇਰੀ ਅੱਛੀ ਲੱਗਦੀ, ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ, ਅੱਛੇ ਅੱਛੇ ਕਮੈਂਟ ਕਰਿਆ ਕਰੋ, ਅੱਛਾ ਜੀ ਬਹੁਤ ਹੀ ਮਜ਼ੇਦਾਰ ਹੈ। ਹਾਂਜੀ ਦੂਸਰੀ ਤੁਸੀਂ ਭੁੱਲ ਜਾਓ ਵਿੱਚ ਕਿ ਘੁੰਮੋਗੇ ਐਵਨ ਦੀ ਰੈਸਪੀ ਖਾਓ ਕੇ, ਬਹੁਤ ਹੀ ਜ਼ਬਰਦਸਤ ਬਣੀ ਹੈ, ਮਜ਼ੇਦਾਰ ਬਣੀ ਹੈ। ਚਲੀਏ ਤਾਂ ਫੀਸ